ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਬਾਣੀ ਹੈ ਗੁਰੂ, ਗੁਰੂ ਹੈ ਬਾਣੀ। ਬਾਣੀ ਦਾ ਅਸਰ ਸਮਝਣ ਦੀ ਕਰੋ ਕੋਸ਼ਿਸ਼ ਇਸ ਬੇਜ਼ੁਬਾਨ ਦੀ ਜ਼ੁਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰਿਓ, ਅਸੀਂ ਆਏ ਦਿਨ ਗੁਰੂ ਘਰ ਜਾਂਦੇ ਹਾਂ, ਮੱਥਾ ਟੇਕਦੇ ਹਾਂ, ਮੰਦਰ ਮਸਜਿਦ ਜਾਂਦੇ ਹਾਂ, ਮਸੀਤ ਜਾਂਦੇ ਹਾਂ, ਗਿਰਜਾ ਘਰ ਜਾਂਦੇ ਹਾਂ, ਮੱਥਾ ਟੇਕਦੇ ਹਾਂ, ਕਿਉਂਕਿ ਉੱਥੇ ਜਾ ਕੇ ਸਾਨੂੰ ਸਕੂਨ ਮਿਲਦਾ ਹੈ, ਉੱਥੇ ਪਰਮਾਤਮਾ ਦੀ ਉਸਤਤ ਹੁੰਦੀ ਹੈ, ਉੱਥੇ ਸਾਰਾ ਦਿਨ ਬਾਣੀ ਦਾ ਉਚਾਰਨ ਹੁੰਦਾ ਹੈ, ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, ਹਰ ਪਾਸੇ ਸਾਨੂੰ ਬਹੁਤ ਪੋਜ਼ਿਟਿਵ ਐਨਰਜੀ ਮਿਲਦੀ ਹੈ, ਸਾਡਾ ਮਨ ਕਿੰਨਾ ਹੀ ਦੁਖੀ ਕਿਉਂ ਨਾ ਹੋਵੇ। ਜਿੱਦਾਂ ਹੀ ਅਸੀਂ ਗੁਰੂ ਘਰ ਦੇ ਅੰਦਰ ਪੈਰ ਪਾਉਂਦੇ ਹਾਂ ਤਾਂ ਸਾਨੂੰ ਇੱਕ ਸੁੱਖ ਦਾ ਸਾਹ ਜਿਹਾ ਆ ਜਾਂਦਾ ਹੈ। ਜੇ ਮਨ ਭਰਿਆ ਹੋਵੇ ਤਾਂ ਰੱਬ ਦੇ ਅੱਗੇ ਜਾ ਕੇ ਇਕੱਲਿਆਂ ਬਹਿ ਕੇ ਉਹ ਛਲਕ ਜਾਂਦਾ ਹੈ, ਕਿਉਂਕਿ ਉਹ ਵਾਹਿਗੁਰੂ ਹਰ ਕਿਸੇ ਦਾ ਦਿਲ ਫਰੋਲ ਕੇ ਵੇਖ ਲੈਂਦਾ ਹੈ, ਟਟੋਲ ਕੇ ਵੇਖ ਲੈਂਦਾ ਹੈ ਕਿ ਆਖਿਰ ਸਾਡੀ ਧੀ ਜਾਂ ਸਾਡਾ ਪੁੱਤ ਜੇ ਦਰ 'ਤੇ ਅੱਜ ਆਇਆ ਹੈ ਉਹ ਖੁਸ਼ ਹੈ ਜਾਂ ਦੁਖੀ ਹੈ। ਜੇਕਰ ਅਸੀਂ ਖੁਸ਼ ਹੋਵਾਂਗੇ ਤਾਂ ਵੀ ਉਸਨੇ ਸਾਨੂੰ ਛਾਤੀ ਨਾਲ ਲਾ ਲੈਣਾ ਹੈ, ਜੇਕਰ ਅਸੀਂ ਦੁਖੀ ਹੋਵਾਂਗੇ ਇੱਥੇ ਕਿਸੇ ਸਾਹਮਣੇ ਨਹੀਂ ਰੋ ਸਕਾਂਗੇ ਤਾਂ ਉਸਨੇ ਸਾਨੂੰ ਗੁਰੂ ਘਰ ਦੇ ਵਿੱਚ ਕਿਸੇ ਖੂੰਜ 'ਚ ਬਿਠਾ ਕੇ ਆਪ ਹੀ ਰੁਆ ਵੀ ਲੈਣਾ ਹੈ ਤਾਂ ਜੋ ਸਾਡੇ ਦਿਲ ਦਾ ਭਾਰ ਹੌਲਾ ਹੋ ਜਾਵੇ। ਗੁਰੂ ਘਰ ਜਿੱਥੇ ਵੀ ਸਥਾਪਿਤ ਹੋਣ, ਉਸ ਸਥਾਨ ਉਸ ਜਗ੍ਹਾ ਦੀ ਪੋਜ਼ਿਟਿਵ ਐਨਰਜੀ ਦਾ ਅਸਰ ਸਿਰਫ ਅਤੇ ਸਿਰਫ ਇਨਸਾਨਾਂ ਤੱਕ ਹੀ ਸੀਮਿਤ ਨਹੀਂ, ਉਹ ਜਾਨਵਰਾਂ ਉੱਤੇ ਵੀ ਲਾਗੂ ਹੁੰਦਾ ਹੈ। ਜਿੱਥੇ ਤੱਕ ਬਾਣੀ ਦੀਆਂ ਧੁਨਾਂ ਜਾਂਦੀਆਂ ਨੇ, ਜੇਕਰ ਉਸ ਇਲਾਕੇ ਦੇ ਵਿੱਚ ਕੋਈ ਵੀ ਜਾਨਵਰ ਰੋਜ਼ਾਨਾ ਰਹਿੰਦਾ ਹੋਵੇ, ਰੋਜ਼ਾਨਾ ਉੱਥੇ ਹੀ ਸੌਂਦਾ ਹੋਵੇ, ਤਾਂ ਉਸਦੇ ਉੱਤੇ ਵੀ ਬਾਣੀ ਦਾ ਅਜਿਹਾ ਪ੍ਰਭਾਵ ਪੈਂਦਾ ਹੈ ਜੋ ਸ਼ਾਇਦ ਉਹਨਾਂ ਦੀ ਜ਼ੁਬਾਨ ਤੋਂ ਤਾਂ ਤੁਸੀਂ ਨਹੀਂ ਸਮਝ ਸਕੋਗੇ ਕਿ ਉਹ ਬਿਆਨ ਕੀ ਕਰ ਰਹੇ ਨੇ, ਪਰ ਹਾਂ ਉਹਨਾਂ ਦੀਆਂ ਹਰਕਤਾਂ ਤੁਹਾਨੂੰ ਜ਼ਰੂਰ ਦੱਸ ਦੇਣਗੀਆਂ ਕਿ ਕਿਤੇ ਨਾ ਕਿਤੇ ਇਹ ਉਸ ਵਾਹਿਗੁਰੂ ਨੂੰ ਹੀ ਬੁਲਾ ਰਿਹਾ ਹੈ, ਉਸ ਵਾਹਿਗੁਰੂ ਨੂੰ ਹੀ ਯਾਦ ਕਰ ਰਿਹਾ ਹੈ, ਉਸ ਦੇ ਅੱਗੇ ਹੀ ਸਿਰ ਝੁਕਾ ਰਿਹਾ ਹੈ। ਪਿਆਰੇ, ਇਸ ਤੋਂ ਪਹਿਲਾਂ ਇੱਕ ਵੀਡੀਓ ਅਸੀਂ ਹੋਰ ਨਸ਼ਰ ਕੀਤੀ ਸੀ, ਜਿਸ ਦੇ ਵਿੱਚ ਇੱਕ ਮਿਹਨਤਕਸ਼ ਘੋੜ ਸਵਾਰ ਆਪਣੇ ਘੋੜੇ ਨੂੰ ਰੋਜ਼ਾਨਾ ਗੁਰੂ ਘਰ ਦੇ ਸਾਹਮਣੇ ਲਿਆ ਕੇ ਮੱਥਾ ਟਕਵਾਉਂਦਾ ਹੈ ਅਤੇ ਉਸ ਤੋਂ ਬਾਅਦ ਉਸ ਘੋੜੇ ਨੂੰ ਕੰਮ 'ਤੇ ਲੈ ਕੇ ਜਾਂਦਾ ਹੈ ਅਤੇ ਗੁਰੂ ਘਰ ਦੇ ਸਾਹਮਣੇ ਉਹ ਘੋੜਾ ਵੀ ਬਹੁਤ ਸ਼ਰਧਾ ਦੇ ਨਾਲ ਮੱਥਾ ਟੇਕਦਾ ਹੈ। ਉਸ ਤੋਂ ਇਲਾਵਾ ਅਸੀਂ ਕੁਝ ਹੋਰ ਵੀਡੀਓਜ਼ ਵੀ ਨਸ਼ਰ ਕੀਤੀਆਂ ਸੀ, ਜਿਸ ਦੇ ਵਿੱਚ ਗੁਰੂ ਘਰ ਦੇ ਵਿਹੜੇ ਦੇ ਵਿੱਚ ਮੋਰ ਨੱਚਦੇ ਹੋਏ ਤੁਹਾਨੂੰ ਵਿਖਾਏ ਸੀ। ਇਹ ਇਸ ਚੀਜ਼ ਦਾ ਪ੍ਰਤੀਕ ਹੈ ਕਿ ਜਿੱਥੇ ਗੁਰਬਾਣੀ ਦਾ ਉਚਾਰਨ ਕੀਤਾ ਜਾਂਦਾ ਹੈ, ਜਿੱਥੇ ਸੱਚੇ ਮਨੋਂ ਗੁਰਬਾਣੀ ਉਚਾਰੀ ਜਾਂਦੀ ਹੋਵੇ, ਜਿੱਥੇ ਇਨਸਾਨ ਤਾਂ ਇਨਸਾਨ, ਜਾਨਵਰ ਵੀ ਦੂਰੋਂ ਦੂਰੋਂ ਖਿੱਚੇ ਚਲੇ ਆਉਂਦੇ ਨੇ, ਪੰਛੀ ਵੀ ਦੂਰੋਂ ਦੂਰੋਂ ਖਿੱਚੇ ਚਲੇ ਆਉਂਦੇ ਨੇ, ਕਿਉਂਕਿ ਗੁਰਬਾਣੀ ਦੇ ਅੰਦਰ ਹੀ ਸਾਰੀ ਪ੍ਰਕਿਰਤੀ ਸਮਾਈ ਹੋਈ ਹੈ, ਸਾਡਾ ਸਾਰਾ ਜੀਵਨ ਗੁਰੂ ਦੇ ਨਾਲ ਜੁੜਿਆ ਹੋਇਆ ਹੈ, ਬਾਣੀ ਦੇ ਅੰਦਰ ਗੁਰੂ ਨੇ ਸਿੰਜੋਇਆ ਹੋਇਆ ਹੈ, ਪਿਰੋਇਆ ਹੋਇਆ ਹੈ, ਬਸ ਸਾਨੂੰ ਲੋੜ ਹੈ ਉਸ ਨੂੰ ਪੜ੍ਹਨ ਦੀ, ਉਸ ਨੂੰ ਸਮਝਣ ਦੀ, ਉਸ ਨੂੰ ਪੱਲੇ ਪਾਉਣ ਦੀ। ਪਰ ਅੱਜ ਅਸੀਂ ਕੁਝ ਮਨਮਤ ਪ੍ਰਚਾਰਨ ਵਾਲੇ ਅਜਿਹੇ ਪ੍ਰਚਾਰਕਾਂ ਦੇ ਪਿੱਛੇ ਲੱਗ ਗਏ ਹਾਂ ਜੋ ਬਾਣੀ ਨੂੰ, ਗੁਰਬਾਣੀ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜ਼ਰੀਆ ਤੱਕ ਆਖ ਦਿੰਦੇ ਨੇ, ਜਾਂ ਜਿਹੜੇ ਆਪਣੇ ਆਪ ਨੂੰ ਗੁਰੂ ਕਹਾਉਣਾ ਜ਼ਿਆਦਾ ਪਸੰਦ ਕਰਦੇ ਨੇ, ਆਪਣੇ ਅੱਗੇ ਮੱਥੇ ਟਿਕਵਾਉਣਾ ਜ਼ਿਆਦਾ ਪਸੰਦ ਕਰਦੇ ਨੇ, ਉਹ ਇਹ ਵਚਨ ਭੁੱਲ ਗਏ ਨੇ ਕਿ ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।
ਜਿਸ ਦਿਨ ਇਹ ਵਾਕਿਆ ਹੀ ਦਿਲੋਂ ਹਰ ਸਿੱਖ ਨੇ ਅਪਣਾ ਲਿਆ, ਜਿਸ ਦਿਨ ਇਹ ਪੰਕਤੀਆਂ ਦਿਲੋਂ ਹਰ ਸਿੱਖ ਨੇ ਪੱਲੇ ਪਾ ਲਈਆਂ, ਉਸ ਦਿਨ ਇੱਕ ਨਿਸ਼ਾਨ ਸਾਹਿਬ ਥੱਲੇ ਸਾਰੀ ਸਿੱਖ ਕੌਮ ਇੱਕਜੁੱਟ ਇੱਕਮੁੱਠ ਹੋਵੇਗੀ ਅਤੇ ਦੁਨੀਆ ਦੇ ਵਿੱਚ ਕਿਸੇ 'ਚ ਹਿੰਮਤ ਨਹੀਂ ਹੋਏਗੀ ਕਿ ਸਿੱਖ ਕੌਮ ਵੱਲ ਕੋਈ ਅੱਖ ਚੱਕ ਕੇ ਵੀ ਵੇਖ ਜਾਵੇ। ਫਿਰ ਲੜਾਈ ਚਾਹੇ ਹੱਕ ਦੀ ਹੋਵੇ ਸੱਚ ਦੀ ਹੋਵੇ, ਹਰ ਕਿਸੇ ਦਾ ਫੈਸਲਾ ਸਿੱਖ ਕੌਮ ਦੇ ਹੱਕ ਦੇ ਵਿੱਚ ਹੀ ਹੋਊਗਾ ਅਤੇ ਇੱਕ ਠੋਕ ਕੇ ਹੋਵੇਗਾ। ਪਰ ਇਹ ਸਿਰਫ ਤਾਂ ਹੀ ਮੁਮਕਿਨ ਹੋ ਸਕਦਾ ਹੈ ਜੇਕਰ ਅਸੀਂ ਦਿਲੋਂ ਆਪਣੇ ਆਪ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜੀਏ, ਆਪਣੇ ਆਪ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਸਮਰਪਿਤ ਕਰੀਏ, ਸਿੱਖ ਕੌਮ ਵਾਸਤੇ ਸਮਰਪਿਤ ਕਰੀਏ, ਇਹਨਾਂ ਜਥੇਬੰਦੀਆਂ ਧੜੇਬੰਦੀਆਂ ਅਹੁਦੇਦਾਰੀਆਂ ਤੋਂ ਉੱਤੇ ਉੱਠ ਕੇ ਇੱਕ ਚੰਗਾ ਇਨਸਾਨ ਬਣੀਏ। ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਮੇਰੇ ਤੋਂ ਕੁਝ ਵੱਧ ਘੱਟ ਬੋਲਿਆ ਗਿਆ ਹੋਵੇ ਹੱਥ ਬੰਨ ਕੇ ਮੁਆਫੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।